ਸਸਰੀਏ ਕਾਲਜੀ ਸਾਰਿਆਂ ਨੂੰ ਤੇ ਇਸ ਵੀਡੀਓ ਵਿੱਚ ਤੁਹਾਨੂੰ ਕਰਨ ਊਜਲਾ ਤੇ ਸਿੱਧੂ ਮੂਸੇਵਾਲੇ ਬਾਰੇ ਬਹੁਤ ਹੀ ਵੱਡੀਆਂ ਅਪਡੇਟਸ ਦੇਖਣ ਨੂੰ ਮਿਲਣਗੀਆਂ ਤੇ ਪੂਰੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚਲੋ ਸ਼ੁਰੂ ਕਰਦੇ ਹਾਂ ਹਾਂਜੀ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਵਾਲੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਥੋੜੇ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਨਵਾਂ ਇੰਟਰਵਿਊ ਹੋਇਆ ਸੀ ਜਿਸ ਇੰਟਰਵਿਊ ਵਿੱਚ ਕੈਪਟਨ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਇੱਕ ਗੈਂਗਸਟਰ ਹੈ ਤੇ ਇਹ ਪੰਜਾਬ ਲਈ ਖਤਰਾ ਹੈ ਤੇ ਉੱਥੇ ਹੀ ਤੁਹਾਨੂੰ ਸਾਰਨ ਦੱਸਦੀ ਆ ਕਿ ਅੱਜ ਹੀ ਸਿੱਧੂ ਮੂਸੇਵਾਲੇ ਦਾ ਵੀ ਇੱਕ ਨਵਾਂ ਇੰਟਰਵਿਊ ਹੋਇਆ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਕੈਪਟਨ ਨੂੰ ਟਾਰਗੇਟ ਕਰਦੇ ਹੋਏ ਕਿਹਾ ਹੈ ਕਿ ਸਾਡੇ 4 ਸਾਲ ਵਿੱਚ ਇਹਨਾਂ ਕੋ ਗੈਂਗਸਟਰ ਖਤਮ ਨਹੀਂ ਹੋਏ ਇੰਨੇ ਸਾਲਾਂ ਵਿੱਚ ਇਹਨਾਂ ਨੇ ਕੀ ਕੀਤਾ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਨੇ ਉਹਨਾਂ ਲੋਕਾਂ ਨੂੰ ਵੀ ਟਾਰਗੇਟ ਕੀਤਾ ਹੈ ਜੋ ਲੋਕ ਸਦੂ ਮੁਸੇ ਵੜਾਤੇ ਸਣੀ ਦਿਓਲ ਨੂੰ ਕੰਪੇਅਰ ਕਰ ਰਹੇ ਸੀ ਬਾਕੀ ਜੋ ਇਹ ਇੰਟਰਵਿਊ ਵੇਖਣਾ ਚਾਹੁੰਦੇ ਨੇ ਉਹ ਨਿਊ ਸੈਟਿੰਗ ਪੰਜਾਬ ਦੇ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਵੇਖ ਸਕਦੇ ਜੋ ਹੁਣ ਵਾਦਿਆਂ ਆਪਣੀ ਅਗਲੀ ਅਪਡੇਟ ਵੱਲ ਹਾਂਜੀ ਕਰਨ ਊਜਲਾ ਦੇ ਫੈਨਸ ਕਰਨ ਊਜਲਾ ਦੇ ਨਵੇਂ ਗਾਣੇ ਦੀ ਬਹੁਤ ਹੀ ਜ਼ਿਆਦਾ ਵੇਟ ਕਰ ਰਹੇ ਨੇ ਤੇ ਉੱਥੇ ਹੀ ਤੁਹਾਨੂੰ ਸਾਰਨ ਦੱਸ ਦਈਏ ਕਿ ਕਰਨ ਊਜਲਾ ਦੇ ਇੱਕ ਹੋਰ ਨਵੇਂ ਗਾਣੇ ਦੀ ਅਪਡੇਟ ਸਾਹਮਣੇ ਆ ਰਹੀ ਹੈ ਹਾਂਜੀ ਅੱਜ ਹੀ ਰੂਪਨ ਬਲ ਦੇ ਵੱਲੋਂ Snapchat ਉੱਤੇ ਇੱਕ ਲੋਕੇਸ਼ਨ ਦੀ ਸਟੋਰੀ ਸ਼ੇਅਰ ਕੀਤੀ ਗਈ ਹੈ ਤੇ ਉਸੇ ਹੀ ਸੇਮ ਲੋਕੇਸ਼ਨ ਤੋਂ ਕਰਨ ਊਜਲਾ ਦੇ ਵੱਲੋਂ ਵੀ Snapchat ਉੱਤੇ ਸਟੋਰੀ ਸ਼ ਜਿਸ ਤੋਂ ਕਿ ਇਹੀ ਲੱਗ ਰਿਹਾ ਕਿ ਕਰਨ ਊਂਜਲਾ ਤੇ ਰੂਪਨ ਬਲ ਇਕੱਠੇ ਹੀ ਨੇ ਤੇ ਰੂਪਨ ਬਲ ਦੇ ਵੱਲੋਂ ਕਰਨ ਊਂਜਲਾ ਦਾ ਕੋਈ ਨਵਾਂ ਗਾਣਾ ਸ਼ੂਟ ਕੀਤਾ ਜਾ ਰਿਹਾ ਹੈ। ਬਾਕੀ ਜੇਕਰ ਸਾਨੂੰ ਇਸ ਬਾਰੇ ਹੋਰ ਕੋਈ ਅਪਡੇਟ ਮਿਲਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਪੁਰਾਣੀ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਵੇਗਾ। ਉਸ ਵੀਡੀਓ ਨੂੰ ਜ਼ਰੂਰ ਜਾ ਕੇ ਚੈੱਕ ਰਿਓ। ਚੰਗਾ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਥੈਂਕ ਯੂ।